ਲੁਧਿਆਣੇ ਸਾਨੂੰ ਰਾਜਾ ਵੜਿੰਗ ਪਸੰਦ ਆ ਜੀ। ਰਾਜਾ ਵੜਿੰਗ ਜੀ ਕਾਰਨ ਕਾਰਨ ਬਹੁਤ ਵਧੀਆ, ਆਪਣਾ ਟਰਾਂਸਪੋਰਟ ਦੇ ਨਾਲ ਬਹੁਤ ਵਧੀਆ ਕੀਤਾ ਜੀ ਕੰਮ। ਕਿਹਨੂੰ ਪਸੰਦ ਹੈ? ਰਾਜਾ ਵੜਿੰਗ ਬਾਈ ਜੀ। ਕਿਹਨੂੰ ਕੌਣ ਪਸੰਦ ਹੈ ਲੁਧਿਆਣੇ ਤੋਂ? ਇਹਨੂੰ ਕੋਈ ਪਸੰਦ ਨਹੀਂ। ਕਿਹਨੂੰ ਵੋਟ ਪਾਣੀ ਹੈ? ਕਾਂਗਰਸ ਹੈ। ਕਾਂਗਰਸ ਕਾਂਗਰਸ ਰਾਜਾ ਵੜਿੰਗ ਰਾਜਾ ਵੜਿੰਗ ਕਾਰਨ ਕੀ? ਰਾਜਾ ਵੜਿੰਗ ਕਿਉਂ? ਚੁਆਇਸ ਹੀ ਹੈ, ਅੱਛਾ ਕਿ ਨੇਤਾ ਉਹ। ਕਿਸੇ ਨੂੰ ਨਹੀਂ ਪਾਉਣੀ ਅੱਕੀ ਦੇ। ਕਾਰਨ ਕੁਝ ਕਰਦੇ ਤਾਂ ਨਹੀਂ, ਕੀ ਕਰੀਏ? ਵੋਟ ਬੀਜੇਪੀ ਨੂੰ ਪਾਉਣਾ। ਬੀਜੇਪੀ ਨੂੰ? ਬੀਜੇਪੀ। ਕਾਰਨ? ਮੋਦੀ ਦਾ ਜੇ ਸਾਡੇ 5 ਲੱਖ ਕਾਰਡ ਬਣੇ ਹੈ, ਮੈਂ ਕੈਂਸਰ ਦਾ ਮਰੀਜ਼ ਸਭ ਬਣਾ, ਉਹਨੂੰ ਬਚਾਇਆ ਮੈਨੂੰ। ਵੋਟ ਦੇਖਾਂਗੇ ਯਾਰ, ਹੁਣ ਤਾਂ ਦਿਲ ਨਹੀਂ ਕਰਦਾ ਕਿਸੇ ਨੂੰ ਪਾਉਣ ਨੂੰ। ਤੱਕੜੀ ਨੂੰ ਪਾਵਾਂਗੇ ਵੀਰੇ, ਤੱਕੜੀ ਨੇ ਕੰਮ ਕੀਤੇ, ਝਾੜੂ ਦਾ ਬਾਬਾ ਕੀ ਦਾ ਐਵੇਂ ਹੀ ਆ। ਕਿਸੇ ਵੀ ਸ਼ਹਿਰ ਦੀ ਨਬਜ਼ ਜਾਣਨੀ ਹੋਵੇ ਤਾਂ ਉਸ ਸ਼ਹਿਰ ਦਾ ਬੱਸ ਸਟੈਂਡ ਜਿਹੜਾ ਹੈ ਉਸ ਨਬਜ਼ ਦੇ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿਖੇ ਖੜ੍ਹੇ ਹਾਂ, ਜਿੱਥੇ ਕਿ ਅੱਜ ਅਸੀਂ ਆਏ ਹਾਂ ਬੱਸ ਸਟੈਂਡ ਦੇ ਉੱਤੇ, ਜਿੱਥੋਂ ਕਿ ਲੋਕ ਟਰੈਵਲ ਕਰਦੇ ਨੇ ਅਤੇ ਆਮ ਜਨਤਾ ਟਰੈਵਲ ਕਰਦੀ ਹੈ, ਅਤੇ ਆਮ ਜਨਤਾ ਕਿਸ ਨੂੰ ਪਸੰਦ ਕਰਦੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਨਤਾ ਦੇ ਨਾਲ। ਤੁਸੀਂ ਵੇਖੋ ਬੱਸ ਸਟੈਂਡ 'ਤੇ ਮੌਜੂਦ ਆ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਖਲੋਤੇ ਨੇ, ਬਾਈ ਫਿਰ ਵੋਟ ਇਸ ਵਾਰ ਕਿਹਨੂੰ ਪਾਣੀ ਹੈ? ਤੁਸੀਂ ਕਿਹੜਾ ਲੀਡਰ ਤੁਹਾਨੂੰ ਲੁਧਿਆਣੇ 'ਚ ਪਸੰਦ ਹੈ ਸਭ ਤੋਂ ਜ਼ਿਆਦਾ? ਭਾਜੀ ਲੁਧਿਆਣੇ ਸਾਨੂੰ ਰਾਜਾ ਵੜਿੰਗ ਪਸੰਦ ਆ ਜੀ। ਰਾਜਾ ਵੜਿੰਗ ਜੀ ਕਾਰਨ? ਕਾਰਨ ਬਹੁਤ ਵਧੀਆ, ਆਪਣਾ ਟਰਾਂਸਪੋਰਟ ਦੇ ਨਾਲ ਬਹੁਤ ਵਧੀਆ ਕੀਤਾ ਜੀ ਕੰਮ। ਹਾਂ, ਜਿਹੜਾ ਮਾਫੀਆ ਰਾਜ ਉਹਨੇ ਬੰਦ ਕੀਤਾ ਸੀਗਾ ਜੀ, ਬਹੁਤ ਵਧੀਆ ਕੰਮ ਕੀਤਾ ਸੀਗਾ। ਇਹਦਾ ਅਸੀਂ ਹੈ ਪ੍ਰਾਈਵੇਟ ਬੱਸਾਂ ਵਾਲੇ ਹੀ ਹਾਂ, ਪਰ ਉਹਨੇ ਬਹੁਤ ਵਧੀਆ ਕੰਮ ਕੀਤਾ ਸੀ। ਟਰਾਂਸਪੋਰਟ ਮੰਤਰੀ ਬਹੁਤ ਵਧੀਆ ਸੀਗਾ ਜੀ। ਬਿਲਕੁਲ, ਟਰਾਂਸਪੋਰਟ ਮੰਤਰੀ ਦੀ ਯਾਦ ਆਉਂਦੀ ਹੈ, ਬਾਈ ਹਨੀ ਵੀ ਮੌਜੂਦ ਨੇ। ਬਾਈ ਬੱਸ ਸਟੈਂਡ ਦੇ ਖਲੋਤੇ ਆ, ਕਿਹਨੂੰ ਪਸੰਦ ਹੈ? ਰਾਜਾ ਵੜਿੰਗ ਬਾਈ ਜੀ। ਕਾਰਨ? ਕਾਰਨ ਬਸ ਕੰਮ ਬਹੁਤ ਵਧੀਆ ਕੀਤੇ ਇਹਨਾਂ ਨੇ, ਅਤੇ ਬਾਕੀ ਆ ਸਾਡੇ ਬਾਪੂ ਜੀ ਪੁਰਾਣੇ, ਇਹਨਾਂ ਨੂੰ ਜਾ ਕੇ ਪਤਾ। ਕਿਹਨੂੰ ਕੌਣ ਪਸੰਦ ਹੈ ਲੁਧਿਆਣੇ ਤੋਂ? ਇਹਨੂੰ ਕੋਈ ਪਸੰਦ ਨਹੀਂ। ਕੋਈ ਪਸੰਦ ਨਹੀਂ? ਇਹਨੇ ਰਾਜਨੀਤੀ ਦੀ ਗੱਲ ਕੀਤੀ ਹੈ ਕਿਸੇ ਨੇ? ਕੋਈ ਦੱਸ ਦਿਓ, ਕੋਈ ਮੁੱਦਾ ਕੀਤਾ ਕੋਈ? ਬਿਲਕੁਲ, ਆਪਦੇ ਆਪਸ ਮੈਂ ਲੜਾਈ ਜਾਂਦੇ ਆ ਲੋਕਾਂ ਨੂੰ, ਲੋਕਾਂ ਨੂੰ ਹਰਿਆਣਾ ਫੁੱਦੂ ਬਣਾਇਆ ਹੋਇਆ। ਆਧਾਰ ਕਾਰਡ ਕਿਹਨੇ ਚਲਾਇਆ? ਆਧਾਰ ਕਾਰਡ ਕਿਹਨੇ ਚਲਾਇਆ ਸੀ? ਝਾੜੂ ਨੇ ਕੌਣ ਚਲਾਇਆ? ਕੈਪਟਨ ਨੇ ਚਲਾਇਆ ਸੀ। ਇਹਦੀ ਡਿਮਾਂਡ ਸੀ, ਇਹ ਟਰਾਂਸਪੋਰਟ ਫੇਲ ਕਰਤੀ। ਬਿਲਕੁਲ, ਟਰਾਂਸਪੋਰਟ ਫੇਲ ਕਰਤੀ। ਬਾਈ ਜੀ ਕੌਣ ਪਸੰਦ ਹੈ ਫਿਰ ਇਸ ਵਾਰ ਲੁਧਿਆਣੇ ਤੋਂ? ਦੇਖੋ ਜੀ, ਫਸਵਾਂ ਮੁਕਾਬਲਾ, ਦੇਖੋ ਵੇਖਦੇ ਕੀ ਹੈ ਬਣਦਾ। ਤੁਸੀਂ ਵੋਟ ਪਾਣੀ ਹੈ? ਵੋਟ ਪਾਵਾਂਗੇ। ਪਰ ਲੀਡਰ ਕਿਹੜਾ ਚੰਗਾ ਲੱਗ ਰਿਹਾ ਜਿਹਨੂੰ ਵੋਟ ਪਾਓਗੇ? ਲੀਡਰ ਸਰ ਇੱਕ ਹੀ ਹੈ ਜੀ, ਚੱਟੇ ਵੱਟੇ ਸਭ ਇੱਕ ਹੀ ਆ। ਹਾਂ, ਕੋਈ ਪਾਰਟੀ ਸਾਡੀ ਗੁਜ਼ਰ ਜਾਵਣ ਦਾ, ਗੁਜ਼ਰ ਜਾਵਣ ਦਾ, ਪਬਲਿਕ ਹੈਰਾਨ ਕਰਨੀ ਉਹਨੇ ਕਰ ਦੇਣੀ ਹੈ ਦੁਬਾਰੇ ਫਿਰ। ਬਿਲਕੁਲ ਬਾਈ ਜੀ, ਵੋਟ ਕਿਹਨੂੰ ਪਾਣੀ ਫਿਰ ਇਸ ਵਾਰ? ਵੋਟ ਜਿਨ ਮੰਨ ਕੇ ਤੁਹਾਨੂੰ ਪਾ ਦਿਆਂਗੇ। ਕਿਹਨੂੰ ਵੈਸੇ ਪਸੰਦ ਕਿਹੜਾ ਲੁਧਿਆਣੇ 'ਚ? ਲੁਧਿਆਣੇ 'ਚ ਨਹੀਂ ਜੀ, ਅਸੀਂ ਮੁਕਤਸਰ ਇੱਕ। ਮੁਕਤਸਰ ਹੈ ਤਾਂ ਬਿਲਕੁਲ ਤੁਸੀਂ ਵੇਖੋ, ਬੱਸ ਸਟੈਂਡ 'ਤੇ ਆ ਮੌਜੂਦ ਹਾਂ, ਕੋਈ ਸਿਟਿੰਗ ਲੋਕਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਭਾਅ ਜੀ ਵੋਟਾਂ ਆ ਗਈਆਂ, ਕਿਹਨੂੰ ਵੋਟ ਪਾਣੀ ਫਿਰ ਲੁਧਿਆਣੇ 'ਚ? ਸਾਡੇ ਜਿਹਨੂੰ, ਜਿਹੜੇ ਸਾਨੂੰ ਕੰਮ ਕਰੇਗਾ ਜੀ ਉਹਨੂੰ ਵੋਟ ਪਾਉਣਾ। ਫਿਰ ਵੀ ਕੌਣ ਕੰਮ ਕਰ ਰਿਹਾ, ਕਿਹੜਾ ਚੰਗਾ ਕਿਹੜਾ ਲੱਗ ਰਿਹਾ ਇਸ ਵੇਲੇ ਲੁਧਿਆਣੇ 'ਚ? ਲੁਧਿਆਣੇ ਤਾਂ ਇਹੀ ਮਤਲਬ ਰਮਣੀ ਦੇ ਬਿੱਟੂ ਹੈ ਜੀ। ਰਮਣੀਤ ਬਿੱਟੂ? ਹਾਂਜੀ ਹਾਂਜੀ। ਕਾਰਨ? ਕਾਰਨ ਵੀ ਇਹ ਮਤਲਬ ਠੀਕ ਕੰਮ ਹੋ ਰਿਹਾ ਜੀ ਇਹਦੇ। ਬਿਲਕੁਲ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ, ਕੌਣ ਪਸੰਦ ਆ ਜੀ? ਨਹੀਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ, ਚੱਕਦੇ ਪਏ ਨੇ ਤਾਂ ਕੁਛ ਲੋਕ ਗੱਲਬਾਤ ਕਰਨ ਲਈ ਲੋਕਾਂ 'ਚ ਜਾ ਰਹੇ ਆ। ਤਾਂ ਬਾਈ ਜੀ ਲੁਧਿਆਣੇ 'ਚ ਕਿਹਨੂੰ ਵੋਟ ਪਾ ਰਹੇ ਹੋ, ਕਿਹੜਾ ਲੀਡਰ ਪਸੰਦ ਆ? ਸਰ ਮੈਂ ਲੁਧਿਆਣੇ ਤੋਂ ਨਹੀਂ। ਲੁਧਿਆਣੇ ਤੋਂ ਨਹੀਂ ਹੋ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲੋਕ ਖੜ੍ਹੇ ਨੇ, ਕੁਛ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਦੁਕਾਨ 'ਤੇ ਨੇ ਤਾਂ ਸਾਰੇ ਲੋਕ ਇਹਨਾਂ ਕੋਲ ਆਉਂਦੇ ਨੇ। ਭਾਅ ਜੀ ਫਿਰ ਇਸ ਵਾਰ ਵੋਟਾਂ ਆ ਗਈਆਂ, ਕਿਹੜਾ ਲੀਡਰ ਪਸੰਦ ਹੈ ਜੀ, ਕਿਹਨੂੰ ਵੋਟ ਪਏਗੀ ਜੀ? ਦੱਸੋ ਕਿਆ ਦੱਸੂ, ਬੋਲੋ। ਲੀਡਰ ਕਿਹੜਾ ਲੁਧਿਆਣੇ ਤੋਂ ਵਧੀਆ ਜਿਹਨੂੰ ਵੋਟ ਪਾਉਣੀ? ਹਮਾਰੇ ਕੁਛ ਨਹੀਂ, ਹਮਾਰੇ ਉਹ ਤਾਂ ਹੀ ਨਹੀਂ ਹੈ ਪੇ, ਹਮਾਰਾ ਉਹ ਨਹੀਂ। ਤੁਸੀਂ ਭਾਅ ਜੀ ਕਿਹਨੂੰ ਵੋਟ ਪਾਉਣੀ? ਕਾਂਗਰਸ। ਹੈਂ? ਕਾਂਗਰਸ। ਕਾਂਗਰਸ ਰਾਜਾ ਵੜਿੰਗ।
ਰਾਜਾ ਬਣੀ ਕਾਰਨ ਕੀ ਰਾਜਾ ਬਣੀ ਕਿਉਂ ਚੁਆਇਸ ਹੀ ਹੈ ਅੱਛਾ ਨੇਤਾ ਹੈ ਉਹ ਸਭ ਕਾ ਬਾਤੇ ਸੁਣਤਾ ਹੈ ਬੜੀਆਂ ਬਾਤੇ ਪੁਰਾਣੀ ਪਾਰਟੀ ਹੈ ਪੁਰਾਣੀ ਪਾਰਟੀ ਆਪਣਾ ਰਾਜਾ ਬਣੀ ਰਾਜਾ ਬਣੀ ਪਸੰਦ ਆ ਰਾਜਾ ਬਣੀ ਪਸੰਦ ਪਰ ਕਹਿੰਦੇ ਬਾਹਰੋਂ ਆਇਆ ਬਾਹਰੋਂ ਆਇਆ ਫਿਰ ਹੈ ਤਾਂ ਪੰਜਾਬ ਕਾ ਹੀ ਹੈ ਅੱਛਾ ਹੈ ਤਾਂ ਮਤਲਬ ਕਿ ਪੰਜਾਬ ਕਾ ਹੀ ਹੈ ਸ਼ੁਰੂ ਬਾਤ ਪੰਜਾਬ ਦਾ ਹੀ ਹੈ ਤਾਂ ਬਿਲਕੁਲ ਬਾਈ ਫਿਰ ਚਾਹ ਤਾਂ ਬਣਾ ਰਹੇ ਹੋ ਕਿਹੜਾ ਲੀਡਰ ਪਸੰਦ ਆ ਕਿਹੜੇ ਲੀਡਰ ਨੂੰ ਵੋਟ ਪਾਉਣੀ ਆ ਕਿਹਨੂੰ ਵੋਟ ਪਾਉਣੀ ਆ ਕੀ ਬਿਲਕੁਲ ਬਾਈ ਸ਼ਰਮਾ ਰਿਹਾ ਇਸ ਵੇਲੇ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਈ ਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਕੀ ਕਿਸੇ ਨੂੰ ਨਹੀਂ ਪਾਉਣੀ ਐਕੀ ਦੇ ਕਾਰਨ ਕੁਛ ਕਰਦੇ ਤਾਂ ਨਹੀਂ ਕੀ ਕਰੀਏ ਅੱਛਾ ਵਿਹਲੇ ਫਿਰਦੇ ਆ ਭੁੱਖੇ ਮਰਦੇ ਆ ਬਿਲਕੁਲ ਵਿਹਲੇ ਮਰਦੇ ਆ ਤਾਂ ਭਾਅ ਜੀ ਫਿਰ ਵੋਟ ਇਸ ਕੋਈ ਲੇਡੀਜ਼ ਨਾਲ ਗੱਲਬਾਤ ਕਰਨ ਦੇ ਸਰਦਾਰ ਜੀ ਬੈਠੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਵੋਟ ਕਿਹਨੂੰ ਪਾਉਣੀ ਐਕੀ ਕਿਹੜਾ ਲੀਡਰ ਪਸੰਦ ਆ ਜੀ ਕੋਈ ਨਹੀਂ ਪਸੰਦ ਕੋਈ ਨਹੀਂ ਪਸੰਦ ਕਾਰਨ ਪਤਾ ਹੀ ਆ ਤੁਹਾਨੂੰ ਵੀ ਯਾਰ ਜੀ ਤੁਸੀਂ ਕਿਹੜਾ ਹੋਵੋਗੇ ਪੱਤਰਕਾਰ ਹੋ ਜੀ ਬਿਲਕੁਲ ਤਾਂ ਕੁਝ ਹੋਰ ਲੋਕ ਨੇ ਸਤਿ ਸ਼੍ਰੀ ਅਕਾਲ ਜੀ ਭਾਈ ਫਿਰ ਵੋਟ ਕਿਹਨੂੰ ਪਾਉਣੀ ਐ ਕੀ ਵੋਟ ਬੀਜੇਪੀ ਨੂੰ ਪਾਵਾਂ ਬੀਜੇਪੀ ਨੂੰ ਬੀਜੇਪੀ ਕਾਰਨ ਮੋਦੀ ਦਾ ਜੇ ਸਾਡੇ 5 ਲੱਖ ਦੇ ਕਾਰਡ ਬਣੇ ਆ ਮੈਂ ਕੈਂਸਰ ਦਾ ਮਰੀਜ਼ ਸਭ ਬਣਾ ਉਹਨੂੰ ਬਚਾਇਆ ਮੈਨੂੰ ਮੇਰੇ ਘਰ ਦਾ ਬਚਾਇਆ 5 ਲੱਖ ਦੇ ਕਾਰਡ ਦੇ ਇਹਦੇ ਪਲੇਸ਼ ਹੋਏ ਜੇ ਅਸੀਂ ਬੀਜੇਪੀ ਨੂੰ ਕਿਵੇਂ ਭੁੱਲਾਂਗੇ ਜੇ ਸਾਡੀ ਜਾਨ ਬਚਾਈ ਹੈ ਐਂ ਦੱਸੋ ਬਿਲਕੁਲ ਬੀਜੇਪੀ ਦੇ ਐਕਟਿਵ ਲੋਕ ਆ ਰਹੇ ਨੇ ਨੌਜਵਾਨ ਨੇ ਮੈਡਮ ਕਿਹਨੂੰ ਵੋਟ ਪਾਉਣੀ ਇਸ ਵਾਰ ਲੁਧਿਆਣੇ ਸਰ ਮੇਰੀ ਅਜੇ ਉਮਰ ਨਹੀਂ ਮੈਂ ਵੋਟ ਪਾਈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲੋਕ ਨੇ ਇੱਥੇ ਸਰਦਾਰ ਜੀ ਬੈਠੇ ਨੇ ਸਰਦਾਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਕੀ ਸਾਡੀ ਮਰਜ਼ੀ ਆ ਸਾਡੀ ਵੋਟ ਆ ਇਹਦੀ ਮਰਜ਼ੀ ਪਈ ਆ ਬਾਈ ਰਾਜਾ ਬਣੀ ਪਸੰਦ ਰਾਜਾ ਬਣੀ ਬੰਦੇ ਆਪਣੇ ਘੈਂਟ ਘੈਂਟ ਬੰਦੇ ਸਾਰੇ ਪਸੰਦ ਆ ਹਾਂਜੀ ਭਾਅ ਜੀ ਫਿਰ ਕੀ ਪਸੰਦ ਆ ਤੁਹਾਡਾ ਟਾਈਮ ਨਹੀਂ ਲੱਗਦਾ ਵੋਟ ਪਾਉਣ ਨੂੰ ਇਹ ਡਰਾਈਵਰ ਪਸੰਦ ਕੀ ਹੈ ਸਾਰੀਆਂ ਪਾਰਟੀਆਂ ਵਧੀਆ ਜੀ ਅੱਛਾ ਜਿਹੜਾ ਸਾਰੇ ਪਸੰਦ ਆ ਵਜੇ ਕਿਹੜੇ ਘੈਂਟ ਚੋਟੀ ਦੇ ਬੰਦੇ ਆ ਤੇ ਰਾਜਾ ਚੋਟੀ ਦਾ ਬਿਲਕੁਲ ਰਾਜਾ ਚੋਟੀ ਦਾ ਬੰਦਾ ਤਾਂ ਭਾਅ ਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਇੱਕ ਮਿੰਟ ਆਓ ਜੀ ਜਰਾ ਸਰਦਾਰ ਜੀ ਫਿਰ ਵੋਟ ਕਿਹਨੂੰ ਪਾਉਣੀ ਜੇ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਜੀ ਇਹ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਆ ਹੁਸ਼ਿਆਰਪੁਰ ਦੇਖਦੇ ਹਾਂ ਹਲੇ ਤਾਂ ਬੰਦੇ ਦੇਖਾਂਗੇ ਸੋਚ ਕੇ ਵੋਟ ਕਿਹਨੂੰ ਪਾਉਣੀ ਆ ਹਜੇ ਬੰਦੇ ਸਭ ਇੱਦਾਂ ਹੀ ਆ ਇੱਧਰ ਦੋਗਲੇ ਬੰਦੇ ਆ ਇਸ ਵਾਰ ਬਦਲੀ ਰਾਜਨੀਤੀ ਜਿਹੜੀ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਕੁਛ ਨੌਜਵਾਨ ਨੇ ਵੀਰ ਸਤਿ ਸ਼੍ਰੀ ਅਕਾਲ ਵੀਰ ਜੀ ਵੋਟ ਕਿਹਨੂੰ ਪਾਉਣੀ ਫਿਰ ਐਤ ਕੇ ਲੁਧਿਆਣੇ ਵੋਟ ਨਹੀਂ ਬਣਵਾਈ ਜੀ ਨਹੀਂ ਬਣਵਾਈ ਨਹੀਂ ਜੀ ਕਾਰਨ ਬਸ ਦਿਲ ਨਹੀਂ ਕਰਦਾ ਕਿਸੇ ਨੂੰ ਪਾਉਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਭਾਜੀ ਕੀ ਹਾਲ ਚਾਲ ਏ ਕਿਹਨੂੰ ਵੋਟ ਪਾਉਣੀ ਫਿਰ ਇਸ ਵਾਰ ਕਿਹਨੂੰ ਵੋਟ ਪਾਉਣੀ ਹੈ ਹਮਾਰੇ ਯਹਾਂ ਤੋਂ ਪੜ ਗਈ ਪੜ ਗਈ ਅੱਛਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਲੁਧਿਆਣਾ 'ਚ ਮੌਜੂਦ ਹਾਂ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਬਸ ਭਾਈ ਵੋਟ ਪਾਉਣੀ ਨਹੀਂ ਤਾਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਇੱਕ ਹੋਰ ਸਰਦਾਰ ਸਾਹਿਬ ਆ ਰਹੇ ਨਜ਼ਰ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਵੋਟ ਕਿਹਨੂੰ ਪਾਉਣੀ ਹੈ ਤਾਂ ਬਿਲਕੁਲ ਆਪਾਂ ਕੀ ਲੈਣਾ ਵੋਟਾਂ ਤੋਂ ਤਾਂ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਗੱਲਬਾਤ ਅਸੀਂ ਲਗਾਤਾਰ ਜਾਰੀ ਰੱਖ ਰਹੇ ਹਾਂ ਲੋਕਾਂ ਦੇ ਨਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਫਿਰ ਵੋਟ ਕਿਹਨੂੰ ਪਾਉਣੀ ਲੁਧਿਆਣੇ ਜੇ ਵੋਟ ਦੇਖਾਂਗੇ ਯਾਰ ਹੁਣ ਤਾਂ ਦਿਲ ਨਹੀਂ ਕਰਦਾ ਕਿਸੇ ਨੂੰ ਪਾਉਣ ਨੂੰ ਅੱਛਾ ਕਾਰਨ ਬਹੁਤ ਦੇਖ ਲਿਆ ਹਾਂ ਇਹਨਾਂ ਨੂੰ ਫਿਰ ਵੀ ਵੋਟ ਪਾਉਣੀ
ਇਹਨਾਂ ਨੂੰ ਜਾਇਆ ਸੀ ਜਿੱਤ ਕੇ ਰੱਜ ਕੇ ਜਿਤਾਇਆ ਸੀ, ਪਰ ਕੋਈ ਸਾਨੂੰ ਮੁਲਾਜ਼ਮਾਂ ਨੂੰ ਵੀ ਨਹੀਂ ਡੀਏ ਡੂਏ ਮਿਲਿਆ, ਕੁਛ ਨਹੀਂ ਮਿਲਿਆ। ਤਾਂ ਹੁਣ ਫਿਰ ਵੋਟ ਕਿਹਨੂੰ ਪਾਣੀ? ਕੋਈ ਮਨ ਨਹੀਂ ਜੀ ਕਰਦਾ, ਵੋਟ ਪਾਣੀ ਹੈ, ਵੋਟ ਪਾਵਾਂਗੇ, ਹਜੇ ਮਨ ਨਹੀਂ ਬਣ ਰਿਹਾ ਜੀ ਕਿਹਨੂੰ ਪਾਈਏ। ਬਿਲਕੁਲ, ਵੋਟ ਕਿਹਨੂੰ ਪਾਣੀ ਹੈ, ਮਨ ਨਹੀਂ ਬਣ ਰਿਹਾ। ਤਾਂ ਸਤਿ ਸ਼੍ਰੀ ਅਕਾਲ ਜੀ, ਭਾਅ ਜੀ ਸਤਿ ਸ਼੍ਰੀ ਅਕਾਲ ਭਾਈ। ਵੋਟ ਕਿਹਨੂੰ ਪਾਣੀ ਫਿਰ? ਵੋਟ ਪਾਵਾਂਗੇ, ਬੱਸ ਲੱਭਦੇ ਫਿਰਦੇ ਆ, ਵੋਟ ਪਾ ਦਾਂਗੇ ਜਿਹੜਾ ਕੰਮ ਕਰੂ। ਅੱਜ ਤੱਕ ਕਿੰਨੇ ਵੋਟ ਕਿਹੜਾ ਕੰਮ ਕਰ ਰਿਹਾ? ਕੰਮ ਤਾਂ ਇਲੈਕਟ੍ਰੀਸ਼ਨ ਦਾ, ਬਾਹਰ ਫੈਕਟਰੀ ਕਰਦਾ। ਵੋਟ ਜਿਹੜਾ ਸਹੀ ਬੰਦਾ ਲੱਗੂ ਉਹਨੂੰ ਪਾ ਦਾਂਗੇ। ਪਰ ਲੱਗ ਕੌਣ ਰਿਹਾ? ਸਹੀ 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 ਸਾਰੇ ਲੱਗ ਰਹੇ ਆ। ਨਹੀਂ, ਕਿਹੜਾ ਵਧੀਆ ਕਿਹੜਾ ਲੱਗ ਰਿਹਾ ਇਸ ਵੇਲੇ? ਜਿਹੜਾ ਵਧੀਆ ਕੰਮ ਕਰੂਗਾ। ਅੱਛਾ, ਫਿਲਹਾਲ ਕੋਈ ਨਹੀਂ ਵਧੀਆ ਲੱਗ ਰਿਹਾ। ਅੱਛਾ, ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਵੋਟ ਪਾਣੀ ਹੈ ਨਾ? ਪਾਵਾਂਗੇ। ਕਿਹਨੂੰ ਪਾਣੀ ਹੈ ਜੀ? ਬਿਲਕੁਲ, ਇਹ ਇੱਕ ਚੰਗੀ ਚੀਜ਼ ਸਾਹਮਣੇ ਆ ਰਹੀ ਹੈ। ਲੋਕ ਕਹਿ ਰਹੇ ਵੋਟ ਪਾਵਾਂਗੇ, ਲੇਕਿਨ ਕਿਸ ਨੂੰ ਪਾਣੀ ਹੈ? ਤਾਂ ਕੁਛ ਹੋਰ ਬਾਈ ਜੀ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਮੈਂ ਵੋਟ ਕਿਹਨੂੰ ਪਾਣੀ ਹੈ? ਅਸੀਂ ਪਾਵਾਂਗੇ ਕਮਲਜੀਤ ਬਰਾੜ ਨੂੰ। ਕਮਲਜੀਤ ਬਰਾੜ, ਕਾਰਨ? ਯਾਰ, ਗੁਰਸਿੱਖ ਬੰਦਾ, ਵਧੀਆ ਬੰਦਾ ਵਾ। ਅਸੀਂ ਪਾਰਟੀਆਂ ਨੂੰ ਵੋਟਾਂ ਪਾ ਪਾ ਕੇ ਪਏ ਹਾਂ, ਕਿਸੇ ਯਾਦ ਨੂੰ ਵੀ ਮੌਕਾ ਦੇਣਾ ਚਾਹੀਦਾ ਵਾ ਆਪਣੇ ਭਰਾ ਨੂੰ, ਕਿਸੇ ਨੂੰ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਸਾਰੇ ਦੇਖ ਲਏ, ਕੀ ਪਤਾ ਵੀ ਇੱਕ ਵਾਰੀ ਚੇਂਜ ਕਰਕੇ ਦੇਖੀਏ ਸਾਡਾ ਭਰਾ ਵਧੀਆ ਕੰਮ ਕਰ ਦੇਵੇ। ਬਿਲਕੁਲ ਬਿਲਕੁਲ, ਕਮਲਜੀਤ ਬਰਾੜ ਵਾਸਤੇ ਵੋਟ ਸਾਹਮਣੇ ਆਈ ਹੈ। ਕਮਲਜੀਤ ਬਰਾੜ ਇਸ ਵਾਰ ਆਜ਼ਾਦ ਖਲੋਤੇ ਨੇ, ਤਾਂ ਕੁਛ ਲੇਡੀਜ਼ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਡਮ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਮੈਡਮ, ਕਿਹਨੂੰ ਵੋਟ ਪਾਓਗੇ ਇਸ ਵਾਰ, ਕੀ ਪਸੰਦ? ਪਤਾ ਨਹੀਂ, ਵੋਟ ਬਣੀ ਨਹੀਂ ਅਜੇ ਕੋਈ ਵੀ, ਉਸ ਨਹੀਂ ਹੈਗੇ, ਅਸੀਂ ਖੁਦ ਤੋਂ ਨਹੀਂ ਟੀਨੇਜ ਹੋਇਆ, 18 ਦੇ ਹੋਇਆ, ਅਜੇ ਕੁਝ ਪਤਾ ਨਹੀਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਸਤਿ ਸ਼੍ਰੀ ਅਕਾਲ। ਮੈਡਮ, ਕਿਹਨੂੰ ਵੋਟ ਪਾਣੀ ਫਿਰ, ਕਿਹੜੀ ਪਾਰਟੀ ਜਿੱਚਦੀ ਜੀ? ਕਾਂਗਰਸ ਨੂੰ। ਹਾਂਜੀ, ਕਾਂਗਰਸ। ਕਾਂਗਰਸ, ਕਾਰਨ ਕੀ? ਕਾਂਗਰਸ ਬਹੁਤ ਸਾਰੇ ਕਾਰਨ ਨੇ ਇੱਦਾਂ ਦੇ। ਅੱਛਾ, ਕੀ ਕੀ ਕੰਮ ਕੀਤੇ ਆ? ਮਤਲਬ ਉਹਨਾਂ ਨੇ ਪਹਿਲਾਂ ਨਾਲੋਂ ਵਧੀਆ ਕੰਮ ਕੀਤੇ ਆ, ਜਿਵੇਂ ਸਾਨੂੰ ਹੁਣ ਪ੍ਰੋਬਲਮਸ ਹੋ ਰਹੀਆਂ ਨੇ, ਪਹਿਲਾਂ ਇੱਦਾਂ ਸ਼ਾਇਦ ਇੰਨੀਆਂ ਨਹੀਂ ਹੁੰਦੀਆਂ ਸੀ। ਕਾਂਗਰਸ ਪਸੰਦ? ਹਾਂਜੀ, ਕਹਿ ਸਕਦੇ ਆ। ਤੁਹਾਡੀ ਫਰੈਂਡ ਸਰਕਲ ਵੀ ਕਾਂਗਰਸ ਹੀ ਹੈ? ਮੇਬੀ ਮੇਬੀ ਮੇਬੀ। ਔਰ ਤੁਹਾਨੂੰ ਕਾਂਗਰਸ ਦੀ ਕੁਛ ਇੱਕ ਦੀ ਐਸੀ ਚੀਜ਼ ਜਿਹੜੀ ਤੁਸੀਂ ਯਾਦ ਕਰਦੇ ਹੋ? ਇਲੈਕਟ੍ਰਿਸਿਟੀ, ਜਿਵੇਂ ਸਾਨੂੰ ਇਲੈਕਟ੍ਰਿਸਿਟੀ ਮਤਲਬ ਵਧੀਆ ਮਿਲ ਜਾਂਦੀ ਸੀ, ਇੰਨੇ ਕੱਟਸ ਪਹਿਲਾਂ ਨਹੀਂ ਸੀ ਲੱਗਦੇ ਜਿੰਨੇ ਹੁਣ ਲੱਗ ਰਹੇ ਨੇ। ਮਤਲਬ ਪਹਿਲਾਂ ਇੰਨੀਆਂ ਪ੍ਰੋਬਲਮਸ ਹੁਣ ਹੁੰਦੀਆਂ ਨੇ, ਮਤਲਬ ਠੀਕ ਹੈ, ਵਾਟਰ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ, ਬਟ ਇਲੈਕਟ੍ਰੀਕਲ ਕੱਟਸ ਬਹੁਤ ਜ਼ਿਆਦਾ ਲੱਗ ਰਹੇ ਨੇ। ਰਾਜਾ ਵੜਿੰਗ ਪਸੰਦ? ਪਤਾ ਨਹੀਂ ਮੈਨੂੰ। ਬਿਲਕੁਲ, ਤੁਸੀਂ ਵੇਖ ਸਕਦੇ ਹੋ ਕਾਂਗਰਸ ਦੇ ਨਾਮ ਤੇ ਵੋਟ ਆਈ ਹੈ। ਕੋਈ ਲੇਡੀ ਨਾਲ ਗੱਲਬਾਤ ਕਰਾਂਗੇ। ਹਾਂਜੀ ਭੈਣ ਜੀ, ਵੋਟ ਕਿਹਨੂੰ ਪਾਣੀ ਫਿਰ? ਪਤਾ ਨਹੀਂ, ਮੌਕੇ ਤੇ ਹੀ ਦੇਖਾਂਗੇ। ਮੌਕੇ ਤੇ ਹੀ ਦੇਖਾਂਗੇ ਕਿਹਨੂੰ ਪਾਣੀ ਮੌਕੇ ਤੇ। ਬਿਲਕੁਲ ਭਾਅ ਜੀ ਸਤਿ ਸ਼੍ਰੀ ਅਕਾਲ। ਭਾਈ ਵੋਟ ਕਿਹਨੂੰ ਪਾਣੀ ਹੈ? ਕਿਸੇ ਨੂੰ ਨਹੀਂ ਪਾਉਂਦੇ ਫਿਰ, ਕਾਰਨ ਕਿ ਸਾਰਿਆਂ ਤੋਂ ਦੁਖੀ ਆ ਹੁਣ? ਦੁਖੀ ਆ, ਹਾਂ ਦੁਖੀ। ਬਾਬੂ ਜੀ ਸਤਿ ਸ਼੍ਰੀ ਅਕਾਲ। ਭਾਈ ਵੋਟ ਕਿਹਨੂੰ ਪਾਣੀ ਹੈ? ਕਿਸੇ ਨੂੰ ਨਹੀਂ ਪਾਉਣੀ। ਕਿਹਨੂੰ ਨਹੀਂ ਪਾਉਣੀ? ਨਹੀਂ ਕਾਰਨ? ਕਾਰਨ ਭੈਣੇ ਦੁਖੀ ਕੀਤੇ ਪਏ ਸਾਰੇ, ਮੋਦੀ ਨੇ ਤੰਗ ਕੀਤੇ ਆ, ਤੰਗ ਕੀਤੇ ਪਏ ਸਾਰੇ ਦੁਨੀਆ, ਤੰਗ ਕੀਤੇ ਦੁਨੀਆ। ਤਾਂ ਤੁਸੀਂ ਵੇਖੋ। ਸਤਿ ਸ਼੍ਰੀ ਅਕਾਲ ਜੀ, ਪਤਾ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵੋਟ ਕਿਹਨੂੰ ਪਾਣੀ ਹੈ? ਕੀ ਮਹਾਰਾਜ ਨੂੰ ਪਤਾ? ਮਹਾਰਾਜ ਤਾਂ ਵੋਟ ਹੈਗੀ ਹੈ, ਪਰ ਜਿਹੜੀ ਹੈ ਵੋਟਾਂ ਆ ਰਹੀਆਂ, ਚ ਕਿਹਨੂੰ ਵੋਟ ਪਾਓਗੇ? ਅੰਮ੍ਰਿਤਧਾਰੀਆਂ ਨੂੰ ਪਾਉਂਦੇ। ਬਿਲਕੁਲ, ਅੰਮ੍ਰਿਤਧਾਰੀ ਨੂੰ ਵੋਟ ਪਏਗੀ। ਇਸ ਤਰ੍ਹਾਂ ਦੀ ਗੱਲਾਂ ਵੀ ਲੋਕ ਕਰ ਰਹੇ ਨੇ, ਤਾਂ ਕੁਛ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਅ ਜੀ ਸਤਿ ਸ਼੍ਰੀ ਅਕਾਲ। ਭਾਅ ਜੀ ਸਤਿ ਸ਼੍ਰੀ ਅਕਾਲ। ਭਾਈ ਵੋਟ ਕਿਹਨੂੰ ਪਾਉਣੀ ਹੈ? ਵੋਟ ਦੇਖਦੇ ਆ ਕਿਹਦੇ ਮੌਕੇ ਤੇ ਪਤਾ ਲੱਗ ਜਾਵੇ। ਪਸੰਦ ਕਿਹੜਾ? ਪਸੰਦ ਤਾਂ ਸਾਰੇ ਹੀ ਆ। ਅੱਛਾ, ਹਾਂਜੀ, ਪਰ ਫਿਰ ਵੀ ਕੁਛ ਜ਼ਿਆਦਾ ਚੰਗਾ ਲੱਗਦਾ ਹੋਵੇ? ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਤਾਂ ਬਿਲਕੁਲ, ਆਮ ਆਦਮੀ ਪਾਰਟੀ ਦੀ
ਵੋਟ ਨਜ਼ਰ ਆ ਰਹੀ ਹੈ। ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਲੋਕ ਇੱਥੇ ਨਜ਼ਰ ਆ ਰਹੇ ਨੇ ਤਾਂ ਕੁਛ ਲੇਡੀਜ਼ ਨਾਲ ਗੱਲਬਾਤ ਕਰਾਂਗੇ। ਮੈਡਮ ਜੀ ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਮੈਡਮ। ਮੈਡਮ ਵੋਟਾਂ ਆਈਆਂ ਕਿਹੜੀ ਪਾਰਟੀ ਪਸੰਦ? ਸਾਰੀਆਂ ਕੋਈ ਕੰਮ ਕਰੇ ਸਾਰੀਆਂ ਹੀ ਪਸੰਦ ਹੈ। ਫਿਰ ਵੀ ਕਿਹੜੀ ਪਾਰਟੀ ਜ਼ਿਆਦਾ ਪਸੰਦ? ਸਾਰੇ ਇਹ ਕਹਿੰਦੇ ਕਿ ਕੰਮ ਕਰਾਂਗੇ ਉਹ ਕਰਾਂਗੇ, ਜਿੱਤ ਕੇ ਕਰਦੇ ਨਹੀਂ ਕੁਛ। ਤੁਹਾਡੀ ਨਜ਼ਰ 'ਚ ਕਿਹੜੇ ਹੈ, ਤੁਹਾਨੂੰ ਕੌਣ ਪਸੰਦ? ਇੱਦਾਂ ਤਾਂ ਕਹਿ ਨਹੀਂ ਸਕਦਾ ਕਿਸੇ ਨੂੰ, ਜਦੋਂ ਦੇਵਾਂਗੇ ਤਾਂ ਦੇਖਾਂਗੇ। ਨਹੀਂ ਵੋਟ ਪਾਣੀ ਇਹਦੇ ਕਿਹਨੂੰ ਪਾਓਗੇ ਵੈਸੇ? ਪਾਵਾਂਗੇ ਆਪ, ਦੇਖਦੇ ਹਾਂ ਜਿਹੜਾ ਆਊਗਾ ਠੀਕ ਤਾਂ ਪਾ ਦਾਂਗੇ। ਬਿਲਕੁਲ ਜਿਹੜਾ ਨਜ਼ਰ ਆਊਗਾ ਪਾ ਦਾਂਗੇ। ਤਾਂ ਲਗਾਤਾਰ ਭਾਅ ਜੀ ਸਤਿ ਸ਼੍ਰੀ ਅਕਾਲ। ਸਾਰੇ ਸ਼ਹਿਰ ਨੂੰ ਲੈ ਕੇ ਜਾਂਦੇ ਹੋ, ਸਾਰੇ ਪੰਜਾਬ ਨੂੰ ਲੈ ਕੇ ਜਾਂਦੇ ਹੋ ਤੁਸੀਂ ਲੋਕ, ਤੁਹਾਨੂੰ ਜਿੰਨੀ ਨੌਲੇਜ ਕਿਸੇ ਨੂੰ ਨਹੀਂ ਹੁੰਦੀ ਭਾਈ ਵੋਟ ਕਿਹਨੂੰ ਪਾਣੀ ਹੈ? ਵੋਟ ਤਾਂ ਜੀ ਜਿਹੜਾ ਚੰਗਾ ਹੋਊਗਾ ਉਹਨੂੰ ਪਾਵਾਂਗੇ, ਸਾਰੇ ਚੰਗੇ ਨੇ। ਕਿਸੇ ਨੂੰ ਦੇਖੋ ਜੀ, ਕੋਈ ਜਿੱਤਦਾ ਕੋਈ ਹਾਰਦਾ, ਚਾਹੇ ਝਾੜੂ ਆ ਚਾਹੇ ਤੱਕੜੀ ਆ ਚਾਹੇ ਪੰਜਾ, ਜਿਹਨੇ ਜਿਹੋ ਜਿਹੇ ਕੰਮ ਕਰੇ ਨੇ ਉਹ ਹਿਸਾਬ ਨਾਲ ਵੋਟ ਪਾਵਾਂਗੇ। ਹੁਣ ਤੁਹਾਨੂੰ ਪਤਾ ਹੀ ਆ, ਸਮਝੇ ਲੱਗ ਗਏ? ਝਾੜੂ ਨੂੰ ਤੱਕੜੀ ਨੂੰ ਪਾਵਾਂਗੇ ਵੀਰੇ, ਤੱਕੜੀ ਨੇ ਕੰਮ ਕੀਤੇ, ਝਾੜੂ ਤਾਂ ਬਾਬਾ ਕੀ ਦਾ ਐਵੇਂ ਹੀ ਆ, ਤੱਕੜੀ ਵਧੀਆ। ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਚਲਾਈ, ਹੋਰ ਨਹੀਂ ਕਿਸੇ ਨੇ ਵੀ ਚਲਾਈ, ਬਿਲਕੁਲ ਤੱਕੜੀ। ਤਾਂ ਇਸ ਵੇਲੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤਾਂ ਸ਼ਹਿਰ ਲੁਧਿਆਣਾ, ਸਨਅਤੀ ਸ਼ਹਿਰ ਲੁਧਿਆਣਾ, ਮੈਡਮ ਵੋਟਾਂ ਆ ਗਈਆਂ, ਕਿਹਨੂੰ ਵੋਟ ਪਾਉਣੀ? ਕਾਂਗਰਸ। ਕਾਂਗਰਸ ਨੂੰ? ਕਾਰਨ ਕੀ ਕਾਂਗਰਸ? ਕੋਈ ਕਾਰਨ, ਵੈਸੇ ਸ਼ੁਰੂ ਤੋਂ ਕਾਂਗਰਸ ਨੂੰ ਪਾਉਂਦੇ ਹਾਂ, ਸ਼ੁਰੂ ਤੋਂ ਕਾਂਗਰਸ ਨੂੰ ਪਾਉਂਦੇ ਆਏ ਹਾਂ। ਤਾਂ ਕੁਛ ਹੋਰ ਗੱਲਬਾਤ ਕਰਾਂਗੇ। ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ ਭਾਅ ਜੀ? ਭਾਅ ਜੀ ਫਿਰ ਵੋਟਾਂ ਕਿਹਨੂੰ ਪੈਂਦੀਆਂ ਐਤਕੀ ਲੁਧਿਆਣੇ 'ਚ? ਝਾੜੂ ਨੂੰ ਪੈਣੀ ਹੈ। ਝਾੜੂ ਨੂੰ? ਝਾੜੂ ਜਿੰਦਾਬਾਦ। ਝਾੜੂ ਜਿੰਦਾਬਾਦ। ਕਾਰਨ? ਪੱਕੀ ਗਰੰਟੀ, ਪੱਕੀ। ਅੱਛਾ, 100% ਗਰੰਟੀ। ਕਾਰਨ? ਕਾਰਨ ਦਾ ਤਾਂ ਸਾਨੂੰ ਪਤਾ ਨਹੀਂ, ਇੰਨਾ ਆਪਾਂ ਅਨਪੜ੍ਹ ਬੰਦੇ ਹਾਂ, ਪਰ ਇੱਥੇ ਝਾੜੂ ਚੱਲਣਾ ਹੁਣ। ਝਾੜੂ ਚੱਲਣਾ। ਭਾਅ ਜੀ ਫਿਰ ਕੀ ਲੁਧਿਆਣੇ 'ਚ ਕੀ ਮੂਡ ਆ ਐਤਕੀ ਲੋਕਾਂ ਦਾ? ਤਾਂ ਬਿਲਕੁਲ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਸਮਾਪਤੀ ਵਾਲੇ ਪਾਸੇ ਜਾਵਾਂਗੇ। ਕੀ ਹਾਲ ਆ ਜੀ, ਕਿਸ ਕੋ ਵੋਟ ਜਾਏਗੀ ਇਸ ਵਾਰ? ਉਹ ਤਾਂ ਆਪਣੀ ਮਰਜ਼ੀ ਕੀ ਬਾਤ ਹੈ ਨਾ, ਫਿਰ ਵੀ ਉਹ ਆਪਣੇ ਜਬ ਹੋਗਾ ਤਬ ਦੇਖਾ ਜਾਏਗਾ। ਤਾਂ ਬਿਲਕੁਲ ਸਾਇਲੈਂਟ ਵੋਟ ਵੀ ਨਜ਼ਰ ਆ ਰਹੀ ਹੈ। ਤਾਂ ਲੁਧਿਆਣਾ ਸਨਅਤੀ ਸ਼ਹਿਰ ਬੱਸ ਸਟੈਂਡ 'ਤੇ ਖਲੋਤੇ ਸੀ, ਸਾਰੇ ਇਲਾਕੇ ਦੀ ਵੋਟ ਇੱਥੋਂ ਚੱਲਦੀ ਕਿਉਂਕਿ ਇੱਥੋਂ ਦੀ ਲੋਕ ਹੋਰ ਸ਼ਹਿਰਾਂ 'ਚ ਜਾਂਦੇ ਨੇ, ਤਾਂ ਲੋਕਾਂ ਦੇ ਦਿਲ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਤੁਹਾਨੂੰ ਲੱਗਦਾ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਏਗਾ। ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਲੁਧਿਆਣਾ।